ਇਹ ਰੁਕ ਸਾਰਾ ਗਾ ਥੋੜਾ ਜਿਹਾ ਘੋੜਾ ਟੁਰਨ ਲੱਗੇ ਭਾਈ ਬੱਫੀਆ ਦੇ ਮੈਂ ਕੁਸੀਨਾ ਦਾ ਜਮਾ ਚ ਸੀਨਾ ਜਮਾਇਸ ਤੇ ਬਲਾ ਘੋੜਾ ਟੁਰਸ ਮਤਮੈਨ ਨੇ ਮੈਨੂੰ ਕੋਈ ਨਾ ਸਦੇ ਸੀ ਤੇ ਅਜਾ ਘੋੜਾ ਟੁਰੇ ਨਾ ਵਧਾਈ ਉਹ ਖੈਮੇ ਚ ਇੱਕ ਬੀਬੀ ਦਾ ਵੈਣ ਹੈ ਅੱਜ ਕੋਈ ਮੈਂ ਨਹੀਂ ਪੁੱਤਰ ਹੋਵੇ ਆ ਘੋੜੇ ਤੇ ਬੈ ਕੇ ਤੇ ਫੁੱਫੀ ਤੂੰ ਘਬਰਾ ਨਹੀਂ ਮੈਂ ਤੇਰਾ ਪੁੱਤਰ ਪਿਓ ਚੜਾਇਆ ਹੁਣੇ ਬੈਣ ਮੌਲਾ ਜਣਦਾ ਮੈਂ ਕੋਸ਼ਿਸ਼ ਕਰ ਰਿਹਾ ਕਿ ਮੈਂ ਮਾਤਾ ਮਾਲਾ ਵਹਿਣ ਕਰਾਂ ਤੁਹਾਡੀ ਖਾਇਆ ਸ਼ਹਿਜ਼ਾਦੇ ਦਾ ਘੋੜਾ ਖਿਆਮ ਵਿੱਚ ਬਾਹਰ ਆ ਗਿਆ ਕਨਾਤ ਦੇ ਅੰਦਰ ਰਹਿ ਗਿਆ ਸ਼ਹਿਜ਼ਾਦਾ ਮੁਤਮੈਨ ਹੈ ਬਾਬੇ ਚੜਾਇਆ ਹੈ ਚਾਚੇ ਚੜਾਇਆ ਹੈ ਸਾਰਾ ਮਿਲ ਗਿਆ ਹੈ ਫੁੱਫੀਆਂ ਮਿਲ ਗਿਆ ਹੈ ਮਾਮੇ ਮਿਲ ਗਿਆ ਹੈ ਹੁਣ ਕਨਾਤ ਦੇ ਅੰਦਰ ਤੇ ਖੈਮੇ ਤੋਂ ਬਾਹਰ ਘੋੜਾ ਹੁਣ ਟੁਰਦਾ ਹੀ ਨਹੀਂ ਪਹਿਲੇ ਤਾਂ ਸ਼ਹਿਜ਼ਾਦਾ ਰੁਕੇਦਾ ਹੀ ਨਾ ਚੋ ਘੋੜੇ ਦੀ ਜੋਈ ਬਾਗਾਂ ਚਾਹੁੰਦਾ ਹੀ ਤੇ ਕੋਈ ਫੁੱਫੀ ਸਾਹਮਣੇ ਆਉਂਦੀ ਮਤ ਘੋੜੇ ਕੋ ਰੁਕੇਂਦਾ ਹੀ ਪਹਿਲੇ ਘੋੜੇ ਕੋ ਸ਼ਹਿਜ਼ਾਦਾ ਰੁਕੇਂਦਾ ਹੀ ਹੁਣ ਟੁਰੇਂਦਾ ਤਾਂ ਘੋੜਾ ਨਹੀਂ ਟੁਰਦਾ ਆਪਣੀ ਜ਼ੁਬਾਨ ਵਿੱਚ ਤਸਾ ਸ਼ਹਿਜ਼ਾਦਾ ਦੇ ਥੱਕ ਪਏ ਘੋੜਾ ਬਦਲ ਲੈਣਾ ਥੱਕ ਪਏ ਅਦੇ ਨਹੀਂ ਟੁਰਦਾ ਕਿਉਂ ਨਹੀਂ ਪਰ ਮੈਂ ਖਿਆਮ ਵਿੱਚ ਤੁਸਾਂ ਇਤਨੇ ਵਾਰੀ ਕਿਉਂ ਰੁਕੇ ਹੋ ਸ਼ਹਿਜ਼ਾਦੇ ਅੱਗੇ ਮੇਰੀ ਮਜਬੂਰੀ ਆਈ ਥੋੜਾ ਆਦਾ ਹੈ ਉੱਥਾ ਤੁਹਾਡੀ ਆਈ ਇੱਥਾ ਮੇਰੀ ਹੈ ਸ਼ਹਿਜ਼ਾਦਾ ਦੇ ਕਿਹੜੀ ਘੋੜਾ ਦੇ ਮੇਲੇ ਪੇਰਾਂ ਤੋਂ ਦੇਖ ਤੇਰੇ ਆਲੇ ਅਕਬਰ ਡਿੱਠੇ ਚੌਂ ਸਾਲਾਂ ਦੀ ਬਹਿਣੇ ਜਿਹੜੀ ਆਦੀ ਨਾ ਘਿਨਵਾਏ ਮੈਂ ਤਾਂ ਬੁੱਢੜਾ ਪੂਏ ਮੈਂ ਤੱਲੇ ਲਹਦਾ ਤੂੰ ਮੇਰੀ ਦਾੜੀ ਚਮਨਾ ਅਕਬਰ ਤੱਲੇ ਨਾ ਲਹਵੇ ਦੇਦੀ ਰਹੀਆਂ ਬਾਬਾ ਅੱਖਾਂ ਸਵਾਰ ਕਰੇ ਕਰੇ ਬਹੁਤ ਰੂਹਾਨੀਅਤ ਵਾਲੀ ਮਜਲਿਸ ਬਹੁਤ ਖਲੋਸ਼ ਵਾਲੀ ਮਜਲਿਸ ਹੈ ਬਿਸਮਿਲਲਾ ਖੜੇ ਬੈਠੇ ਅਜ਼ਾਦਾਰ ਹੈ ਬੁਲੰਦ ਕਰ ਛੋੜਾ ਕਰੇ ਪਾਇਓ ਬੋਸਰੇ ਕਿ ਆਦੀ ਅਕਬਰ ਇਹ ਮੇਰੇ ਹਿੱਸੇ ਦਾ ਨਹੀਂ ਉਹ ਬਹਿਣ ਦੇ ਹਿੱਸੇ ਦਾ ਜਿਹੜੀ ਆਦੀ ਮੈਂ ਤੇਰੀ ਚੜੀ ਹੋਈ ਜਨਤ ਲਹਿ ਪਈ ਮੈਨੂੰ ਕਿਸੇ ਨਹੀਂ ਛੱਡਣਾ ਅਜ਼ਾਦਾਰੋ ਅਲੀ ਅਕਬਰ ਨੇ ਘੋੜਾ ਤੋਰਿਆ ਏ ਥੋੜੇ ਜਿਹੇ ਕਦਮ ਘੋੜੇ ਚਾਏ ਨਾ ਸਜਿਓ ਵੈਣਾ ਏ ਨਾ ਖਬਿਓ ਕਣ ਪਿੱਛੋਂ ਫਿਜ਼ਾ ਦੀ ਹਕਲ ਆਈਓ ਅਕਬਰ ਮੈਂ ਇਹ ਨਯਾ ਦੀ ਵੱਲਾ ਮੈਂ ਇਹ ਨਯਾ ਦੀ ਰੋਗ ਅਕਬਰ ਇੱਕ ਵਾਰੀ ਮੁੜ ਕੇ ਦੇਖ ਉਹ ਤੇਰੇ ਆਲੇ ਅਕਬਰ ਮੁੜ ਕੇ ਦਿੱਠੇ ਸਜਾਦ ਸਹਾਰਾ ਤੇ ਵਦ ਉੱਠਦਾ ਅਦਹਾ ਮੈਂ ਕੋ ਮਿਲ ਚਾ ਮੈਂ ਸ਼ਾ ਮਰਹਬਾ ਬਹੁਤ ਰੂਹਾਨੀਅਤ ਵਾਲਾ ਪੁਰਸਕਾਰ ਮਜ਼ਦੂਰੀ ਵਾਸਤੇ ਬਾਹਰ ਦੇ ਮੁਲਕ ਪਿਆ ਜਾਂਦਾ ਵੇ ਚਾਰ ਫਿਰਾ ਪਤਾ ਹੀ ਹੁੰਦਾ ਲੈ ਜੋ ਕੁਝ ਸਾਲਾਂ ਬਾਅਦ ਹੀ ਵਾਪਸ ਆਉਣਾ ਸਜਾਦਾ ਦਾ ਸੀਨਾ ਚੁਮਾ
سجاد بائی کڑ کے ہاتھ چائے انگلی دراز کی دیا نکبر دی نگاہ پئی ایک بی بی اے جڑی بہ بہ کے ودی تر دیئے اکبر آدھے کولے سجاد آدھے گر آئی آلیا ہے پیدی ماں جڑی جڑی پتھر چلے میں نہ کھڑا تیرا ویلے
ساتھ ملے آئے دکھیا جدا ہو گئی رسا متما میں پاس رے سرخا خلینا پے کی تاک پر ہونا آرام اتھا بن بیا سنا شبیر خات کھولے آئے تا لکھیا یا کیا یہ خات دینا مرحبا 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 بات سنو اوکھیاں چائی تے کلیاں چائی شہر تو رڈیرا خدا نہ کرے کوئی پیو پتر دی لاش چائی وداؤ سارے آنکھ سو ہٹ وال فطرت پیو پتر دی لاشاں لئی چائی او جڑے ہے کر سکدے شبیر اکبر چائے کوئی سجیوں مارہا کوئی کھبیوں خیمہ دے لیڑے آگے شبیر آگے جلا ملنا جیندے آخری وین ہی بالخصوص سیریاں لوین مجلسی سیریاں دیئے تو میں نہیں سیریاں دا اجازت دیو سیرے آندا ایک مین اندے تے سلام لاش آئیے سارے آئے نما نہیں آئی ناراض آئی راہ نہیں لبدا رکنی ہوں میں مجلس میں پڑھ چھوڑی میرا دل لے میں تو انہوں پوری ہمت نال ایک مین سپرا فضا سہارا دے دید مائیے آلیہ گلگ کے آدھے بھر جائی بلے دیا ہے اکبر جواب نہیں دے گا بھی آدھی اجازت دے میں آپ بولا ازادارو ماسرہ دعائیے برچی آل جاتے بوسرے کے آدھیے سہری آلال ستا بن رہا علیدہ کیوں لے ہے وہ سہری آلال ستا بن رہا علیدہ کیوں لے سہری آلال ستا مجلس ہے تے میں وین ڈکرا دکھائے میں جو اے انج سینے تو حد چاہ کے پیا دیے او دیکھا تا صحیح ہے تے کو مہندی کیویں امتی علی سونے ہاتھ یال میرا او سینت چیندہ آخری میں شادی ہوئے ہر کوئی خوش ہوں دے مگر مہین وکری خوش ہوں دیئے اللہ دار ہر کے کو نندرہ وے دیئے مہین کو نیاں دیئے سہلیاں کو جگا کے آدھیے جاگو میرے بھرا دی مہندی دا ٹائمے اجر مات میں مائی اجیہ مہین کی تے اکبر دیا شل گئی آدھی اکبر راکھ کھول اکے دی سکنا بھینی تیری سیج بنائی
پسند خان